ना 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 ओ चल यार जट्टा दा मुंडा होके तैनूं फड़ते नहीं खड़ना आंदा की हो गया चल ओ बैलेंस बनाना सिख ओ चल चढ़ जा आ ओ जा यार ओए शरारतिया ओरे ए साला अड्डी हीरो बनाया रंदा आ गया हां जी ऐनू ला भी लिया कर कदे अच्छा गल सुन आ बीबी नु फड़ा दी घरे पैसे ओ भाई नहीं ताई बॉकर लेके मेरे मंगर पै जांदी है ओनू पैसियां पूसियां दी नहीं ओ तैनू याद करदी है तू ना मेरा प्यो ना बनया कर तैनू पता तो है जे मैं घरे गेड़ा मारया ना ते बीबी नु पुछने होर परेशान करना है समझया ठीक चल जा हुन आन जा 100 रुपया रख ली नाले खा भी लियो चल ਤੈਨੂੰ ਕਹਤਾ ਨਾ ਯਾਰ ਨਹੀਂ ਜਾਣਾ ਮੈਂ ਦੀਪ ਮੰਨ ਜਾ ਯਾਰ ਅੜਿਆ ਮਸਾ ਉਹ ਤਾਂ ਪ੍ਰੋਗਰਾਮ ਬਣਿਆ ਮੈਨੂੰ ਪਤਾ ਤੇਰੇ ਪ੍ਰੋਗਰਾਮ ਆਇਆ ਦਾ ਉਹ ਤੇਰੀ ਨੂਰ ਜੀ ਆ ਰਹੀ ਹੈ ਨਾ ਤਾਂ ਨਹੀਂ ਜਾਣਾ ਮੈਨੂੰ ਨਹੀਂ ਚੰਗੀ ਲੱਗਦੀ ਉਹ ਉਦਾਂ ਹੀ ਮੱਤਾਂ ਹੀ ਦਿੰਦੀ ਰਹੀ ਮੇਰੀ ਗੱਲ ਤਾਂ ਸੁਣ ਲਾ ਮੇਰੀ ਗੱਲ ਤਾਂ ਸੁਣ ਨਹੀਂ ਜਾਣਾ ਫਿਰ ਨਹੀਂ ਜਾਣਾ ਨਹੀਂ ਜਾਣਾ ਕਹਤਾ ਨਾ ਨਹੀਂ ਜਾਣਾ ਚੰਗਾ ਫਿਰ ਮੈਂ ਮਾਸਟਰ ਨਾਲ ਚੱਲੀ ਆ ਚਲੋ ਅੱਜ ਹੀ ਚੱਲਣਾ ਹਾਂ ਪ੍ਰਧਾਨ ਆ ਦੇਂ ਜੱਫੀ ਚਾਬੀ ਉਹ ਬਾਮਣਾ ਮਰ ਜਾਗਾ ਮੇਰੇ ਇਥੋਂ ਕਿਸੇ ਦਿਨ ਮੁਸਕਾਨ ਯਾਰ ਤੁਸੀਂ ਆਪਣੇ ਨਾਲ ਆਪ ਨੂੰ ਮਿਲਿਆ ਕਰੋ ਨਾ ਮੈਨੂੰ ਕਦੋਂ ਵਿੱਚ ਲੈ ਕੇ ਆਉਂਦੇ ਹੋ ਕਿਉਂ ਵਿੰਕੀ ਜੀ ਸਾਰੇ ਚੱਲਦੇ ਆ ਤੁਸੀਂ ਉਹਦੇ ਨਾਲ ਹੀ ਜਾਓ ਹੁਣ ਫਿਰ ਤੇ ਤੁਸੀਂ ਫ੍ਰੀ ਹੋ ਆਪਾਂ ਚੱਲੀਏ ਦੋਨੋਂ ਚਲੋ ਵੀਰੇ ਯਾਰ ਮੈਨੂੰ ਅੱਧਾ ਘੰਟਾ ਹੋ ਗਿਆ ਖੜੇ ਨੂੰ ਤੈਨੂੰ ਕਿੰਨੇ ਵਾਰੀ ਕਹਿੰਦਾ ਦੋ ਪਾਪਕੋਰਨ ਤੇ ਇੱਕ ਪੇਟੀ ਦੇ ਦੇ ਸਿਰ ਬਸ 2 ਮਿੰਟ ਸਰ ਆਖਰ ਨੂੰ ਤਾਂ ਆਪਦੀ ਮਨਮੋਣੀ ਹੁੰਦੀ ਆ ਲਿਆ ਪੜਾ ਲਿਆ ਹੋਰ ਦੀਪ ਕੀ ਹਾਲ ਚਾਲ ਪ੍ਰਧਾਨ ਜੀ ਆਇਆ ਨਾ ਮੈਂ ਖਬਰ ਬੜੀ ਰੱਖਦਾ ਸੜਕਾਂ ਤੇ ਤਾਂ ਪ੍ਰਧਾਨ ਕੀ ਖਿਲਾਰਦੇ ਫਿਰਦੇ ਹੋ ਨਾ ਪ੍ਰਧਾਨੀਆਂ ਕਰਨੀਆਂ ਸੌਖੀਆਂ ਜੱਟਾਂ ਦੇ ਪੁੱਤ ਡਾਂਗ ਦੇ ਜ਼ੋਰ ਤੇ ਕਰਦੇ ਆ ਉਹ ਤਾਂ ਦੇਖ ਰਿਹਾ ਉਹ ਜੱਟਾਂ ਦੇ ਮੁੰਡਿਆ ਜਾ ਫੁੱਲੇ ਜੇ ਹੋਰ ਲੈ ਕੇ ਆ ਨਾਲੀ ਜਾ ਮੁਸਕਾਨ ਕੋਈ ਲੋੜ ਨਹੀਂ ਆ ਨਹੀਂ ਨੂਰ ਤੁਸੀਂ ਟਿਕਟਾਂ ਦਿੱਤੀਆਂ ਜਾ ਦੀਪ ਇੱਥੇ ਖੜਾ ਕਰਦਾ ਜਾ ਭੁੱਖੜ ਇੱਕ ਮਿੰਟ ਨੂਰ ਕੌਣ ਹੈ ਕਬੂਤਰ ਜਿਹਾ ਵਾਟ ਡੂ ਯੂ ਮੀਨ ਬਾਏ ਕਬੂਤਰ ਜਿਹਾ ਦੋਸਤ ਹੈ ਮੇਰਾ ਫਰੈਂਡ ਬਕਵਾਸ ਨਾ ਕਰ ਇਹੋ ਜਿਹੀ ਕੋਈ ਗੱਲ ਨਹੀਂ ਹੈ ਤੇ ਮੈਂ ਕਦੋਂ ਕਿਹਾ ਕੋਈ ਇਹੋ ਜਿਹੀ ਗੱਲ ਆ ਸਿੰਘ ਵਾਲਾ ਚਾ ਉਤਰ ਗਿਆ ਹੋਣਾ ਪਹਿਲਾਂ ਤਾਂ ਸਿਰਫ ਦਰਦ ਸੀ ਪਰ ਤੇਰੇ ਮੂੰਹ ਭਗਤ ਸਿੰਘ ਦਾ ਨਾਂ ਸੁਣ ਕੇ ਸਵਾਦ ਚ ਆ ਗਿਆ ਤੂੰ ਮੇਰੀ ਲੱਤ ਭੰਨਦੀ ਬਾਂਹ ਭੰਨਦੀ ਹੱਥਾਂ ਦੇ ਨਹੁੰ ਖਿੱਚਦੇ ਸੋਚਦਾ ਤਾਂ ਹੋਵੇਗਾ ਮੈਂ ਤੇਰੇ ਤੋਂ ਡਰਦਾ ਕਿਉਂ ਨਹੀਂ ਤੂੰ ਅਜੇ ਗੁਰਤੇਜ ਤੇ ਤੇਜੇ ਤੇ ਖੌਫ ਤੋਂ ਵਾਕਿਫ ਨਹੀਂ ਹੋਊਂਗਾ ਵੀ ਕਿਵੇਂ ਨਾ ਤਾਂ ਮੈਂ ਕਿਸੇ ਲੀਡਰ ਦਾ ਚਮਚਾ ਤੇ ਨਾ ਹੀ ਕਿਸੇ ਪੁਲਿਸ ਦਾ ਤੱਲਾ ਮੈਂ ਦੀਪ ਹਾਂ ਸਿਰਫ ਦੀਪ ਸਾਲਾ ਭਾਈ ਦਾ ਤੇਰੀ ਅੰਮਾ ਨੂੰ ਤੇਰੀ ਨੂੰ ਹਟਾਏ
कोई बंदा इन्ना भी दर्द सहार सकता? भाई जी मैनू अपने ग्रहां दी दशा ते दिशा ठीक नहीं लगती। अपनता 90 दे दहाके दे विच मैं पुलिस नाल रल के वड्डे वड्डे खबी खाने दे मुंह खुलाए। मैनू लगता यारे सेवक दा वाकई इहनू कुछ नहीं पता। भाई जी किते कबीर सेवक पता नहीं केड़े हालात विच होगा। दीप छड़ भी यार, हुण बब्बू ते कतल ते लुटकहां दे परचे सी, फिर अंजाम यही होना सी। सिर्फ 23 साल दा सी बब्बू, तैनू पता 23 साल दी उम्र च भगत सिंह फांसी चढ़ गया सी, ते 19 साल दी उम्र च करतार सिंह सराबा। मैं मन्निया उन्होंने तो देश दी आजादी वास्ते जान दित्ती सी, पर बब्बू दीप जद कोई अपना इस दुनिया तो जाता है ना, तो ऐ लगता है कि समा जमा ही खड़ गया हो। तेनू तो याद है ना जद असी दोनों छोटे सी तां अपने दोनों दे पापा, उही तां मैं कह रहा यार मुस्कान, अपने दोनों दे पापा आर्मी विच सी, वो देश लई शहीद होए, लड़ना उन्हां दी जॉब सी। पर बब्बू तां अपना सीनियर सी, मेरे तो पहला कॉलेज दा प्रधान सी। कोई नहीं, किहड़ियां लड़ाइयां हो रही यार, ते किहदे करके? चौपाल द बिगेस्ट पंजाबी OTT ऐप सब्सक्राइब नाउ।